ਕਰੀਏ ਗੱਲ ਜੀ ਜੀ ਸਰ ਕੀ ਕੁਝ ਮੁਲਾਕਾਤ ਹੋਈ ਹੈ ਤੇ ਮੈਮੋਰੈਂਡਮ ਦੇ ਵਿੱਚ ਸਰ ਕੀ ਕੁਝ ਮੰਗਾ ਆਪਣੀ ਤੁਹਾਡੇ ਵੱਲੋਂ ਦੇਖੋ ਅਸੀਂ ਸਾਰੇ ਸਾਥੀ ਸਾ ਸੁਖਜਿੰਦਰ ਸਿੰਘ ਰੰਧਾਵਾ ਜੀ ਸਰਕਾਰੀਆ ਸਾਹਿਬ ਡਾਕਟਰ ਰਾਜਕੁਮਾਰ ਜੀ ਅਸੀਂ ਇਕੱਠੇ ਗਏ ਹਾਂ ਗਵਰਨਰ ਸਾਹਿਬ ਨੂੰ ਸਾਰਿਆਂ ਨੂੰ ਇੰਪੋਰਟੈਂਟ ਮੈਟਰ ਦੋ ਇਸ਼ੂਜ਼ 'ਤੇ ਅਸੀਂ ਮਿਲੇ ਹਾਂ ਦੋ ਲੈਟਰਸ ਦਿੱਤੀਆਂ ਨੇ ਜਿਹਦੀਆਂ ਕਾਪੀਜ਼ ਤੁਹਾਨੂੰ ਥੋੜ੍ਹੀ ਦੇਰ ਤੱਕ ਪਹੁੰਚਾ ਦਿੰਦੇ ਹਾਂ ਨੰਬਰ 1 'ਤੇ ਮੈਟਰ ਹੈ ਜਿਹੜਾ ਆਨਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਹੋਈ ਹੈ ਇਲੀਗਲ ਮਾਈਨਿੰਗ ਦੇ ਵਿੱਚ ਅਸੀਂ ਇਹ ਦੱਸਿਆ ਇਹਨਾਂ ਨੂੰ ਜੀ ਕਿ 75 ਸਾਲਾਂ 'ਚ ਪਹਿਲੀ ਦਫਾ ਹੋਇਆ ਆਨਰੇਬਲ ਸੁਪਰੀਮ ਕੋਰਟ ਦੀ ਸਾਰੇ ਦੇਸ਼ ਦੇ ਵਿੱਚ ਹਦਾਇਤਾਂ ਨੇ ਕਿ ਜਿਹੜਾ ਮੌਨਸੂਨ ਪੀਰੀਅਡ ਹੁੰਦਾ ਜੁਲਾਈ ਤੋਂ ਲੈ ਕੇ ਸਪਟੈਂਬਰ ਤੱਕ ਉੱਥੇ ਕਿਤੇ ਵੀ ਮਾਈਨਿੰਗ ਸਾਰੇ ਹਿੰਦੁਸਤਾਨ 'ਚ ਨਹੀਂ ਹੋ ਸਕਦੀ ਇਟਸ ਅਗੇਂਸਟ ਦੀ ਇਨਵਾਇਰਮੈਂਟਲ ਰੂਲਸ ਕਿਸੇ ਪੋਲੀਟੀਕਲ ਜਮਾਤ ਨੇ ਇਹ ਗੱਲ ਕਹੀ ਹੁੰਦੀ ਅਤੇ ਕਹਿੰਦੇ ਵੇਖੋ ਜੀ ਅਸੀਂ ਅਸੈਂਬਲੀ ਤੁਹਾਨੂੰ ਯਾਦ ਹੋਏਗਾ ਇਹ ਗੱਲ ਉਠਾਈ ਸੀ ਹਰਜੋਤ ਸਿੰਘ ਬੈਂਸ ਨਾਲ ਕਿ ਬੈਂਸ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਇਲੀਗਲ ਮਾਈਨਿੰਗ ਬੰਦ ਹੋ ਗਈ ਅਜੇ ਤਾਂ ਸ਼ਰੇਆਮ ਸਾਰੇ ਪੰਜਾਬ ਦੇ ਟੈਲੀਵਿਜ਼ਨ ਚੈਨਲ ਸਾਰੀ ਅਖਬਾਰਾਂ ਲਿਖ ਰਹੀਆਂ ਕਿ ਤੁਸੀਂ ਬਾਕੀ ਤਾਂ ਛੱਡੋ ਆਨੰਦਪੁਰ ਸਾਹਿਬ 'ਚ ਇੰਨੀ ਮਾਈਨਿੰਗ ਤੁਹਾਡੇ ਰੋਪੜ ਜ਼ਿਲ੍ਹੇ 'ਚ ਹੀ ਹੋ ਰਹੀ ਹੈ ਪਠਾਨਕੋਟ 'ਚ ਹੋ ਰਹੀ ਸਾਰੀ ਬਾਰਡਰ ਬੈਲਟ 'ਚ ਹੋ ਰਹੀ ਹੈ ਬਟ ਬਕਾਇਦਾ ਤੌਰ ਔਨ ਦੀ ਫਲੋਰ ਆਫ ਦੀ ਹਾਊਸ ਹਰਜੋਤ ਸਿੰਘ ਬੈਂਸ ਨੇ ਅਤੇ ਇਹਨਾਂ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਨੇ ਮਿਸਲੀਡ ਕੀਤਾ ਪੰਜਾਬ ਦੇ ਲੋਕਾਂ ਇੱਕ ਝੂਠੀ ਸਟੇਟਮੈਂਟ ਦਿੱਤੀ ਕਿਹਾ ਕਿ ਬਿਲਕੁਲ ਮਾਈਨਿੰਗ ਨਹੀਂ ਹੋ ਰਹੀ ਔਨ ਦੀ ਕੰਟਰੀ ਹੋਇਆ ਕਿ ਫਿਰ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹਿੰਦੁਸਤਾਨ ਦੇ ਬਾਰਡਰ ਨੂੰ ਪ੍ਰੋਟੈਕਟ ਕਰਦੀ ਹੈ ਉਹਨਾਂ ਨੇ ਫਿਰ ਆਪ ਐਫੀਡੇਵਿਟ ਦਿੱਤਾ ਆਨਰੇਬਲ ਹਾਈ ਕੋਰਟ 'ਚ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਬਹੁਤ ਸੰਗੀਨ ਬੜੇ ਸੀਰੀਅਸ ਇਲਜ਼ਾਮ ਲਗਾਏ ਕਿ ਬਾਰਡਰ ਦੇ ਬਿਲਕੁਲ ਨਾਲ ਕੰਡੇ ਦੀਆਂ ਤਾਰ ਜਿੱਥੋਂ ਤੱਕ ਇੰਟਰਨੈਸ਼ਨਲ ਬਾਰਡਰ ਜਾਂਦਾ ਉਹਦੇ ਬਿਲਕੁਲ ਉਸੇ ਏਰੀਏ ਦੇ ਵਿੱਚ ਸਾਰੀ ਜਨਾਲਾ ਰਾਜਸਥਾਨਸੀ ਪਠਾਨਕੋਟ ਦੀਨਾਨਗਰ ਡੇਰਾ ਬਾਬਾ ਨਾਨਕ ਇਹ ਸਾਰੀ ਬੈਲਟ ਜਿਹੜੀ ਹੈ ਉਹਦੇ ਵਿੱਚ ਉਹਨੇ ਕਿਹਾ ਕਿ 50-50 60-60 ਫੁੱਟ ਡੂੰਘੇ ਜਿਹੜੇ ਨੇ ਮਾਈਨਿੰਗ ਦੇ ਨਾਲ ਗੋਰਜਸ ਬਣ ਗਈਆਂ ਨੇ ਉੱਥੇ ਬਹੁਤ ਡੂੰਘੇ ਟੋਏ ਨਿਕਲ ਗਏ ਨੇ ਅਤੇ ਸਾਰੋਂ ਸੀਰੀਅਸ ਉਹਨਾਂ ਨੇ ਗੱਲ ਕਹੀ ਕਿ ਜਿਹੜੀਆਂ ਡਰੋਨਸ ਆਉਂਦੀਆਂ ਪਾਕਿਸਤਾਨ ਤੋਂ ਜਿਹੜੀਆਂ ਵੈਪਨਸ ਲੈ ਕੇ ਆਉਂਦੀਆਂ ਅਤੇ ਨਸ਼ਾ ਲੈ ਕੇ ਆਉਂਦੀਆਂ ਨੇ ਅਸੀਂ ਬਿਲਕੁਲ ਸਾਨੂੰ ਨਹੀਂ ਪਤਾ ਲੱਗਦਾ ਕਿੱਥੇ ਆ ਰਹੀਆਂ ਕਿਉਂਕਿ ਜਦੋਂ ਸਾਰੀ ਰਾਤ ਮਸ਼ੀਨਰੀ ਚੱਲਦੀ ਹੈ ਮਸ਼ੀਨ ਚੱਲਦੀਆਂ ਨੇ ਲਾਈਟਾਂ ਦਾ ਉੱਥੇ ਬਹੁਤ ਆਰਾਮ ਰੌਲਾ ਰਹਿੰਦਾ ਲੇਬਰ ਬਹੁਤ ਜ਼ਿਆਦਾ ਰਹਿੰਦੀ ਹੈ ਸਾਡੇ ਕੋਈ ਆਈਡੈਂਟੀ ਹੈ ਨਹੀਂ ਉਹ ਲੇਬਰਸ ਦੀ ਕਿ ਬੰਦੇ ਕਿੱਥੋਂ ਦੇ ਨੇ ਅਕਰੋਸ ਦੀ ਬਾਰਡਰ ਆਏ ਨੇ ਕਿ ਇੱਥੋਂ ਦੇ ਨੇ ਉਹਨਾਂ ਨੇ ਐਫੀਡੇਵਿਟ ਦਿੱਤਾ ਤਾਂ ਫਿਰ ਆਨਰੇਬਲ ਹਾਈ ਕੋਰਟ ਨੂੰ ਖੁਦ ਇੰਟਰਵੀਨ ਕਰਨਾ ਪਿਆ ਪੋਲੀਟੀਕਲ ਪਾਰਟੀਆਂ ਦੇ ਕਹਿਣ 'ਤੇ ਇਹਨਾਂ ਮਾਈਨਿੰਗ ਬੰਦ ਨਹੀਂ ਸੀ ਕੀਤੀ ਬਾਕੀ ਪਹਿਲੇ ਵੀ ਇਲਜ਼ਾਮ ਬੜੀਆਂ ਸਰਕਾਰਾਂ 'ਤੇ ਲੱਗਦੇ ਰਹੇ ਬਟ ਇੰਨਾ ਸੰਗੀਨ ਇਲਜ਼ਾਮ ਉਸ ਤੋਂ ਬਾਅਦ ਅਲਟੀਮੇਟਲੀ ਉਸ ਤੋਂ ਬਾਅਦ ਆਰਮੀ ਨੂੰ ਇੰਟਰਵੀਨ ਕਰਨਾ ਪਿਆ ਆਰਮੀ ਨੇ ਵੀ ਇਹ ਗੱਲ ਕਹੀ ਹੈ ਅਤੇ ਅੱਜ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਅਸੀਂ ਇੰਟਰਨੈਸ਼ਨਲ ਬਾਰਡਰ 'ਤੇ ਰਹਿੰਦੇ ਹਾਂ ਦਿਸ ਇਜ਼ ਅ ਬਾਰਡਰ ਸਟੇਟ ਜਿਹੜੀ ਲਗਾਤਾਰ 15 ਸਾਲ ਪਹਿਲੇ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਕੀ ਰਹੇ ਨੇ ਹੁਣ ਵੀ ਪਿਛਲੀਆਂ ਕਾਂਗਰਸ ਦੀਆਂ ਸਰਕਾਰਾਂ ਵਿੱਚ ਅਤੇ ਹੁਣ ਲਗਾਤਾਰ ਡਰੋਨਸ ਰੈਗੂਲਰ ਉੱਥੇ ਦੂਜੇ ਚੌਥੇ ਦਿਨ ਆਉਂਦੀਆਂ ਸੀ ਵੈਪਨ ਸੁੱਟ ਕੇ ਜਾਂਦੀਆਂ ਸੀ ਸਾਰੇ ਡਾਇਰੈਕਟਰ ਜਨਰਲ ਪੁਲਿਸ ਅਤੇ ਪ੍ਰੈਜ਼ੈਂਟ ਚੀਫ ਮਿਨਿਸਟਰ ਅਤੇ ਫਾਰਮਰ ਚੀਫ ਮਿਨਿਸਟਰਸ ਬਿਆਨ ਦਿੰਦੇ ਰਹੇ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਇਹਦੇ ਵਿੱਚ ਇੰਟਰਵੀਨ ਕਰੇ ਇਹ ਬਹੁਤ ਸੀਰੀਅਸ ਮੈਟਰ ਹੈ ਕਿਹੜੇ ਕਿਹੜੇ ਲੋਕ ਇਹ ਸਰਕਾਰ ਦੇ ਕਿਹੜੇ ਕਿਹੜੇ ਮਿਨਿਸਟਰ ਕਿਹੜੇ ਪੋਲੀਟੀਸ਼ੀਅਨਸ ਇਨਵੋਲਵ ਨੇ ਅਤੇ ਕਿਹੜੇ ਇਸ ਕਿਸਮ ਦੇ ਉਹ ਐਲੀਮੈਂਟ ਨੇ ਜਿਹੜੇ ਅਕਰੋਸ ਦੀ ਬਾਰਡਰ ਇਹਨਾਂ ਜਿਹੜੇ ਮਾਈਨਿੰਗ ਕਰਨ ਵਾਲੇ ਲੋਕ ਨੇ ਇਹਨਾਂ ਦਾ ਇਹ ਕਿੱਥੋਂ ਤੱਕ ਨੈਕਸਸ ਹੈ ਕਿ ਇੰਟਰਨੈਸ਼ਨਲ ਸਮਗਲਰਸ ਨਾਲ ਨੈਕਸਸ ਹੈ ਕਿ ਇਹਨਾਂ ਲੋਕਾਂ ਦਾ ਨੈਕਸਸ ਕੋਈ ਬਾਹਰਲੀਆਂ ਏਜੰਸੀਆਂ ਦੇ ਨਾਲ ਨੇ ਜਿਹੜੇ ਹਿੰਦੁਸਤਾਨ ਦੀ ਨੈਸ਼ਨਲ ਸਿਕਿਉਰਿਟੀ ਵਾਸਤੇ ਇੱਕ ਥ੍ਰੈਟ ਬਣ ਸਕਦੇ ਸੋ ਇਹ ਨੰਬਰ 1 ਜਿਹੜੀ ਸਾਡੀ ਡਿਮਾਂਡ ਹੈ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਡਿਮਾਂਡ ਹੈ ਕਿ ਇਹਦੇ ਵਿੱਚ ਇਮੀਡੀਏਟਲੀ ਇਹ ਕੇਸ NIA ਨੂੰ ਦਿੱਤਾ ਜਾਏ ਗਵਰਨਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਇਹਨੂੰ ਸਟੱਡੀ ਕਰਵਾਉਣਾ ਸਾਰੀ ਗੱਲ ਐਂਡ ਉਸ ਤੋਂ ਬਾਅਦ ਜਿੱਥੇ ਵੀ ਇਹਨੂੰ ਘੱਲਣ ਦੀ ਲੋੜ ਹੋਏਗੀ ਕਰਾਵਾਂਗੇ ਨੰਬਰ 2 ਇਹ ਤੁਹਾਨੂੰ ਯਾਦ ਹੋਏਗਾ ਸਾਰਿਆਂ ਨੂੰ ਪਹਿਲੇ ਕਾਂਗਰਸ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਦੋਨੋਂ ਮੁੱਦੇ ਉਠਾਏ ਸੀ ਦੂਜਾ ਸੀ ਐਕਸਾਈਜ਼ ਪਾਲਿਸੀ ਦਿੱਲੀ ਵਾਲੇ ਸਾਡਾ ਪਹਿਲੇ ਵੀ ਕਹਿਣਾ ਸੀ ਅੱਜ ਵੀ ਸਾਡਾ ਕਹਿਣਾ ਇਹ ਸੇਮ ਨਿਰਮਾਤਾ ਸੇਮ ਨੇ ਡਾਇਰੈਕਟਰ ਵੀ ਸੇਮ ਨੇ ਇਸ ਫਿਲਮ 'ਤੇ
प्रोड्यूसर भी सेम ने, फाइनेंसर भी सेम। दिल्ली दे विच मनीष सिसोदिया साहब जेड़े सा हरपाल सिंह चीमा नू बुलांदे रहे ने, जेड़े पंजाब दे चीफ सैकटरी नू बुलांदे रहे ने, जेड़े साडे फाइनेंस ते एक्साइज सैकटरी नू बुलांदे रहे ने, उत्थे कोई नॉलेज शेयरिंग नहीं सी हुंदी। असीं गवर्नर साहब नू दस्सिया जी नॉलेज शेयरिंग ते टैलीफोन ते भी हो सकदी, नेक सुझा ते बंदा जदों मर्जी दे सकदा ते सुन सकदा, इह नेक सुझा नहीं सी। इह बेसिकली पंजाब नू ठगन दी डाका मारन दी तैयारी कीती जा रही। जो इन्होंने दिल्ली में किया, लेफ्टिनेंट गवर्नर ने दिल्ली वालिया ने सीबीआई ने इनक्वायरी कर ली, फिर वो पॉलिसी तब्दील की थी। असी इन्हों दस के आए हैं उन्होंने अफसरों ते उन्होंने मिनिस्टरों जेडे इनवॉल्व ने दिल्ली दे ते पंजाब दे, ऑन सिमिलर ग्राउंड सीबीआई इन्हों भी प्रोब करे, ये सेम ही मीडिया नू रन करन वाले बंदे जिहड़ी आप सरकार दिल्ली विच ते पंजाब दा मीडिया नायर वर्गे बंदे जिहड़े देश नू छड्ड के भज गए ने।